ਸਾਡੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਜੀ, ਸੋ ਉਹਨਾਂ ਵੱਲੋਂ ਇਹ ਸ਼ਬਦ ਜਿਹੜਾ ਗਾਇਆ ਗਿਆ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ 550 ਸਾਲਾਂ ਜਿਹੜੀ ਸ਼ਤਾਬਦੀ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਮਾਰਚ ਚੱਲੂਗਾ, ਨਗਰ ਕੀਰਤਨ ਜਿਹੜੇ ਨਿਕਲਣਗੇ, ਲਗਾਤਾਰ ਇਸ ਫਿਲਮੀ ਗਾਇਕ ਦਾ ਗਾਇਆ ਹੋਇਆ ਜਿਹੜਾ ਸ਼ਬਦ ਹੈ ਉਹ ਚੱਲੇਗਾ। ਮੈਂ ਜਵਾਬ ਮੰਗਦਾ ਦੋਨੋਂ ਕਮੇਟੀਆਂ ਦੇ ਕੋਲੋਂ, ਐਡਾ ਕਿਹੜਾ ਰਾਗੀ ਸਿੰਘਾਂ ਦਾ ਕਾਲ ਪੈ ਗਿਆ ਕਿ ਪੰਥ ਦੇ ਕੋਲ ਕੋਈ ਗੁਰੂ ਕਾ ਸਿੱਖ ਚੋਟੀ ਦਾ ਰਾਗੀ ਨਹੀਂ ਰਿਹਾ ਕਿ ਹੁਣ ਤੁਹਾਨੂੰ ਲੋੜ ਪੈ ਗਈ ਸ਼ਤਾਬਦੀ ਮਨਾਉਣ ਵਾਸਤੇ ਬੰਬੇ ਤੋਂ ਜਾ ਕੇ ਕੈਰੇਕਟਰ ਲਿਆਉਣ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ। ਬੀਤੇ ਦਿਨ ਇੱਕ ਖਬਰ ਵੀ ਸਾਹਮਣੇ ਆਈ ਸੀ, ਤੇ ਉਹ ਖਬਰ ਇਹ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਕੱਲ ਤਾਰਨ ਗੁਰੂ ਨਾਨਕ ਆਇਆ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਤੋਂ ਗੁਆ ਕੇ ਉਸਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਉਹ ਸ਼ਬਦ ਹੈ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਚੱਲੇਗਾ। ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਵੀ ਦਿੱਤੀ ਗਈ ਸੀ, ਅਤੇ ਉਹਨਾਂ ਨੇ ਗਾਇਕ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ ਸੀ। ਪਰ ਸ਼੍ਰੋਮਣੀ ਕਮੇਟੀ ਨੂੰ ਗਾਇਕ ਸੁਖਵਿੰਦਰ ਸਿੰਘ ਕੋਲੋਂ ਇਹ ਸ਼ਬਦ ਗਵਾਉਣਾ ਮਹਿੰਗਾ ਪੈ ਰਿਹਾ, ਕਿਉਂਕਿ ਇਸ ਦਾ ਵਿਰੋਧ ਵੀ ਹੁਣ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਕੀਤਾ ਜਾਣ ਲੱਗ ਗਿਆ। ਪਹਿਲਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਉਸ ਪ੍ਰੈਸ ਕਾਨਫਰੰਸ ਵਿੱਚ ਕੀ ਕੁਝ ਕਿਹਾ ਸੀ। ਜੋ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਕੱਲ ਤਾਰਨ ਗੁਰੂ ਨਾਨਕ ਆਇਆ, ਇਹ ਸਲੋਗਨ ਜਿਹੜਾ ਹੈ ਇਹ ਉਸ ਨਗਰ ਕੀਰਤਨ ਦੇ ਵਿੱਚ ਜਿੱਥੇ ਸਾਡੇ ਪ੍ਰਸਿੱਧ ਰਾਗੀ ਸਿੰਘ ਕੀਰਤਨ ਕਰਨਗੇ ਉੱਥੇ ਇਹ ਸਲੋਗਨ ਜਿਹੜਾ ਹੈ, ਸ਼ਬਦ ਜਿਹੜਾ ਹੈ ਇਹ ਵੀ ਸਾਡੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਜੀ, ਸੋ ਉਹਨਾਂ ਵੱਲੋਂ ਇਹ ਸ਼ਬਦ ਜਿਹੜਾ ਗਾਇਆ ਗਿਆ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਆਪਣਾ ਹਿੱਸਾ ਜਿਹੜਾ ਹੈ ਇਹ ਪ੍ਰਕਾਸ਼ ਪੁਰਬ ਦੇ ਵਿੱਚ ਆਪਣੇ ਗਾਇਕ ਰਾਹੀਂ ਜਿਹੜਾ ਪਾਇਆ, ਪ੍ਰਸਿੱਧ ਗਾਇਕ ਨੇ। ਸੋ ਬਹੁਤ ਸੋਹਣਾ ਸ਼ਬਦ ਜਿਹੜਾ ਇਹਨਾਂ ਨੇ ਆਪਣੀ ਇੰਨੀ ਮਧੁਰ ਆਵਾਜ਼ ਦੇ ਵਿੱਚ ਇਹ ਗਾਇਨ ਕੀਤਾ ਹੈ, ਅਤੇ ਮੈਂ ਸਮਝਦਾ ਕਿ ਇਹ ਸਾਰਾ ਸ਼ਬਦ ਇਸ ਨਗਰ ਕੀਰਤਨ ਦੇ ਵਿੱਚ ਗਾਇਆ ਜਾਵੇਗਾ। ਸੋ ਇਹ ਸੀ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਫਤਿਹਗੜ੍ਹ ਦੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਕੋਲੋਂ ਇਹ ਸ਼ਬਦ ਗੁਆ ਕੇ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਦੇ ਪ੍ਰਸਿੱਧ ਰਾਗੀਆਂ ਦਾ ਅਪਮਾਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਦੁੱਖ ਭਰੀ ਜਿਹੜੀ ਕਹਾਣੀ ਹੈ ਉਹ ਸਾਂਝੀ ਕਰਨ ਲੱਗਾ ਕਿ ਸਾਡੀ ਪੰਥ ਦੀ ਜਿਹੜੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸਾਡੇ ਪੂਰਵਜਾਂ ਨੇ ਆਪਣੇ ਲਹੂ ਦੇ ਨਾਲ ਸਿੰਜਿਆ, ਇਹ ਸੰਸਥਾ ਕਾਇਮ ਕੀਤੀ। ਜਦੋਂ ਇਹਦੇ ਨਿੱਤ ਦਿਹਾੜੇ ਅਸੀਂ ਇਹੋ ਜਿਹੀਆਂ ਗਤੀਵਿਧੀਆਂ, ਇਹਦੀਆਂ ਕਾਰਵਾਈਆਂ ਦੇਖਦੇ ਹਾਂ ਤਾਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਬਤੌਰ ਸਿੱਖ ਜਿਹੜਾ ਸਾਨੂੰ ਬੜੀ ਸ਼ਰਮ ਜਿਹੜੀ ਹੈ ਇਸ ਗੱਲ 'ਤੇ ਆਉਂਦੀ ਹੈ, ਔਰ ਮੈਨੂੰ ਇਹ ਲੱਗਦਾ ਕਿ ਇਹ ਗੱਲ ਸਾਨੂੰ ਬੜੀ ਗੰਭੀਰਤਾ ਦੇ ਨਾਲ ਜਿਹੜੀ ਆ ਸੋਚਣੀ ਪਏਗੀ। ਮਸਲਾ ਇਹ ਹੈ ਕਿ ਪਿਛਲੇ ਦਿਨੀਂ ਤੁਸੀਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਦੋਨਾਂ ਕਮੇਟੀਆਂ ਨੇ ਇੱਕ ਬੰਬੇ ਤੋਂ ਫਿਲਮ ਐਕਟਰ ਜਿਹੜਾ ਫਿਲਮਾਂ ਦੇ ਵਿੱਚ ਗੀਤ ਗਾਉਂਦਾ ਹੈ ਜਿਹਦਾ ਨਾਂ ਸੁਖਵਿੰਦਰ ਹੈ ਉਹਦੇ ਸਿਰ 'ਤੇ ਪੱਗ ਬਣਾ ਕੇ ਉਹਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕਰਕੇ ਉਹ ਤੋਂ ਇੱਕ ਸ਼ਬਦ ਗਵਾਇਆ ਅਤੇ ਫਿਰ ਐਲਾਨ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ 550 ਸਾਲਾਂ ਜਿਹੜੀ ਸ਼ਤਾਬਦੀ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਮਾਰਚ ਚੱਲੂਗਾ ਨਗਰ ਕੀਰਤਨ ਜਿਹੜੇ ਨਿਕਲਣਗੇ ਲਗਾਤਾਰ ਇਸ ਫਿਲਮੀ ਗਾਇਕ ਦਾ ਗਾਇਆ ਹੋਇਆ ਜਿਹੜਾ ਸ਼ਬਦ ਹੈ ਉਹ ਚੱਲੇਗਾ। ਇਹ ਜਿਹੜੀਆਂ ਕਮੇਟੀਆਂ ਨੇ ਇਹ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਸਿੱਖਾਂ ਨੇ ਚੁਣੀਆਂ ਨੇ ਕਿ ਇਹ ਫਿਲਮਾਂ ਦੇ ਐਕਟਰਾਂ ਨੂੰ ਜਾਂ ਫਿਲਮਾਂ ਦੇ ਗਾਇਕਾਂ ਨੂੰ ਪ੍ਰਮੋਟ ਕਰਨ ਵਾਸਤੇ ਚੁਣੀਆਂ ਨੇ। ਪਹਿਲੀ ਤਾਂ ਗੱਲ ਸਾਨੂੰ ਇਹ ਸਮਝ ਨਹੀਂ ਆਉਂਦੀ, ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਮੁਸਲਮਾਨ ਗਾਏ ਕੋਈ ਹਿੰਦੂ ਗਾਏ ਕੋਈ ਈਸਾਈ ਗਾਏ ਕਿਉਂਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਗੁਰੂ ਨਾਨਕ ਸਾਹਿਬ ਦੇ ਸਾਂਝੇ ਨੇ, ਪਰ ਇਤਰਾਜ਼ ਇਸ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਰਮੌਰ ਰਾਗੀਆਂ ਨੂੰ ਦਰਕਨਾਰ ਕਰਕੇ ਅਤੇ ਇੱਕ ਫਿਲਮੀ ਐਕਟਰ ਨੂੰ ਵਿਸ਼ੇਸ਼ ਰੂਪ ਦੇ ਵਿੱਚ ਪੰਥ ਦੀ ਕਚਹਿਰੀ ਦੇ ਵਿੱਚ ਪੇਸ਼ ਕਰ ਰਹੀ ਹੈ। ਮੈਨੂੰ ਇਹ ਲੱਗਦਾ ਕਿ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਸੱਤੇ 'ਤੇ ਬਲਵੰਡੇ ਨੂੰ ਜਦੋਂ ਉਹਨਾਂ ਨੇ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਹੜੀ ਇਹ ਕੀਰਤਨ ਦੀ ਰਵਾਇਤ ਆਪਣੇ ਗਰੀਬ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਦਿੱਤੀ ਸੀ, ਇਹ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਉਹਦਾ ਬਹੁਤ ਵੱਡਾ ਅਪਮਾਨ ਕੀਤਾ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਤੋਂ ਜਵਾਬ ਮੰਗਿਆ ਗਿਆ। ਉਹਨਾਂ ਕਿਹਾ ਕਿ ਉਹ ਉਹਨਾਂ ਨੂੰ ਜਵਾਬ ਦੇਣ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਕੋਲ ਰਾਗੀਆਂ ਦਾ ਏਡਾ ਕਿਹੜਾ ਕਾਲ ਪੈ ਗਿਆ ਸੀ ਕਿ ਇੱਕ ਪਤਿਤ ਵਿਅਕਤੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਸ਼ਬਦ ਗਵਾਉਣਾ ਪੈ ਗਿਆ। ਮੈਂ ਜਵਾਬ ਮੰਗਦਾ ਦੋਨੋਂ ਕਮੇਟੀਆਂ ਦੇ ਕੋਲੋਂ, ਐਡਾ ਕਿਹੜਾ ਰਾਗੀ ਸਿੰਘਾਂ ਦਾ ਕਾਲ ਪੈ ਗਿਆ ਕਿ ਪੰਥ ਦੇ ਕੋਲ ਕੋਈ ਗੁਰੂ ਕਾ ਸਿੱਖ ਚੋਟੀ ਦਾ ਰਾਗੀ ਨਹੀਂ ਰਿਹਾ ਕਿ ਹੁਣ ਤੁਹਾਨੂੰ ਲੋੜ ਪੈ ਗਈ ਸ਼ਤਾਬਦੀ ਮਨਾਉਣ ਵਾਸਤੇ ਬੰਬੇ ਤੋਂ ਜਾ ਕੇ ਇੱਕ ਐਕਟਰ ਲਿਆਉਣ ਦੀ। ਮੇਰੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਇਹਨਾਂ ਕਮੇਟੀਆਂ ਨੂੰ ਅਤੇ ਕਮੇਟੀਆਂ ਦੇ ਪ੍ਰਧਾਨਾਂ ਨੂੰ ਦੇਣਾ ਚਾਹੀਦਾ। ਪਹਿਲੀ ਗੱਲ, ਸਾਡੇ ਕੋਲ ਭਾਈ ਨਿਰਮਲ ਸਿੰਘ ਖਾਲਸਾ ਜਿਹੜੇ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਕੀਰਤਨ ਦੀ ਕਲਾ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਜਿਹੜਾ ਪਦਮ ਸ਼੍ਰੀ ਅਵਾਰਡ ਜਿਹੜਾ ਉਹ ਦਿੱਤਾ ਹੈ, ਅਤੇ ਸ਼੍ਰੋਮਣੀ ਕਮੇਟੀ ਉਸ ਅਵਾਰਡੀ ਰਾਗੀ ਦਾ ਅਪਮਾਨ ਕਰਕੇ ਅਤੇ ਇੱਕ ਫਿਲਮ ਐਕਟਰ ਨੂੰ ਲਿਆ ਰਹੀ ਹੈ। ਕਿਉਂ ਨਹੀਂ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਅਵਾਰਡ ਦਿੱਤਾ ਅਤੇ ਜਿਸ ਸੱਚੀ ਸਰਕਾਰ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਉਮਰ ਭਰ ਕੀਰਤਨ ਕੀਤਾ ਕਿ ਗੁਰੂ ਨਾਨਕ ਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਤੁਸੀਂ ਉਹਨੂੰ ਮਾਣ ਦਿੰਦੇ, ਉਹਨਾਂ ਨੂੰ ਬੁਲਾ ਕੇ ਕੋਈ ਚੰਗਾ ਪਿਆਰੇ ਜੀ ਉਹਨਾਂ ਨੂੰ ਕਹਿੰਦੇ ਤੁਸੀਂ ਬੋਲਾਂ ਦੇ ਨਾਲ ਗੁਰੂ ਨਾਨਕ ਦੀ ਬਾਣੀ ਗਾਓ ਅਤੇ ਅਸੀਂ ਕੁੱਲ ਸੰਸਾਰ ਨੂੰ ਦੱਸੀਏ ਕਿ ਗੁਰੂ ਘਰ ਦਾ ਐਡਾ ਵੱਡਾ ਸਾਨੂੰ ਰਾਗੀ ਐਡਾ ਵੱਡਾ ਮਾਣ ਮਿਲਿਆ। ਇਹਨਾਂ ਨੇ, ਮੈਂ ਸਮਝਦਾ ਕਿ ਗਾਇਕ ਨੂੰ ਬੁਲਾ ਕੇ ਐਡੇ ਵੱਡੇ ਰਾਗੀ ਸਿੰਘ ਦਾ ਅਪਮਾਨ ਕੀਤਾ। ਦੂਸਰਾ, ਸਾਡੇ ਕੋਲ ਭਾਈ ਹਰਜਿੰਦਰ ਸਿੰਘ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਰਾਗੀ ਦਾ ਅਵਾਰਡ ਦਿੱਤਾ ਔਰ ਕੁੱਲ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਨਾਨਕ ਦੇ ਘਰ ਨੂੰ ਗੁਰੂ ਨਾਨਕ ਦੇ ਘਰ ਦਾ ਮਿਸ਼ਨ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਅਤੇ ਗਾਲੋ ਸੱਚੀ ਬਾਣੀ ਜਿਹੜੀ ਹੈ ਇਹ ਗੁਰੂ ਨਾਨਕ ਦੀ ਬਾਣੀ ਦੇ ਬੋਲ ਸੰਸਾਰ ਤੱਕ ਪਹੁੰਚਾਏ ਅਤੇ ਸਾਰੀ ਉਮਰ ਉਹਨਾਂ ਨੇ ਲਾਈ ਔਰ ਕੁੱਲ ਸੰਸਾਰ ਦੇ ਸਿੱਖਾਂ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਸਨਮਾਨ ਹੈ ਕਿ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮਾਤਮਾ ਦੀ ਇੱਕ ਅਲੌਕਿਕ ਬਖਸ਼ਿਸ਼ ਹੈ ਜਿਹੜੀ ਸ਼ਾਇਦ ਕਿਸੇ ਹੋਰ ਰਾਗੀ ਸਿੰਘ ਨੂੰ ਮੌਜੂਦਾ ਸਮੇਂ ਦੇ ਵਿੱਚ ਨਹੀਂ ਮਿਲੀ।
ਔਰ ਇਹਨਾਂ ਨੇ ਉਹਨਾਂ ਨੂੰ ਵੀ ਦਰਕਿਨਾਰ ਕਰ ਦਿੱਤਾ। ਫਿਰ ਇਹਨਾਂ ਦੇ ਕੋਲ ਤਕਰੀਬਨ 100 ਦੇ ਕਰੀਬ ਮੇਰਾ ਖਿਆਲ ਦਰਬਾਰ ਸਾਹਿਬ ਦੇ ਵਿੱਚ ਰਾਗੀ ਜਥਾ ਹੈ, ਜਿਹਦੇ ਵਿੱਚ ਭਾਈ ਰਵਿੰਦਰ ਸਿੰਘ ਵਰਗੇ ਬੜੇ ਚੋਟੀ ਦੇ ਰਾਗੀ ਇਸ ਵਕਤ ਮੌਜੂਦ ਨੇ, ਉਹਨਾਂ ਨੂੰ ਵੀ ਇਹਨਾਂ ਨੇ ਦਰਕਿਨਾਰ ਕਰ ਦਿੱਤਾ। ਫਿਰ ਸੰਗੀਤ ਕਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਡਾਕਟਰ ਗੁਰਨਾਮ ਸਿੰਘ ਵਰਗੇ ਸੰਗੀਤਕਾਰ, ਜਿਨ੍ਹਾਂ ਦੀ ਬਹੁਤ ਵੱਡੀ ਇਸ ਸਮੇਂ ਦੀ ਦੇਣ ਹੈ, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ। ਫਿਰ ਜਵੱਦੀ ਜਿਹੜਾ ਉਹਨਾਂ ਵੱਲੋਂ ਬਹੁਤ ਇਸ ਰਾਗ ਵਿਦਿਆ ਦੇ ਵਿੱਚ, ਖਾਸ ਕਰਕੇ ਉਹਨਾਂ ਦੇ ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਜੀ ਦੀ ਮਿਹਨਤ ਹੈ, ਉਹਨਾਂ ਨੂੰ ਇਹਨਾਂ ਨੇ ਦਰਕਿਨਾਰ ਕਰ ਦਿੱਤਾ। ਅਤੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਆਖਿਰ ਕੀ ਮਜਬੂਰੀ ਹੈ ਇਹਨਾਂ ਕਮੇਟੀਆਂ ਦੀ ਕਿ ਕੌਮ ਦੇ ਜਿਹੜੇ ਸ਼੍ਰੋਮਣੀ ਰਾਗੀ ਜਿਨ੍ਹਾਂ ਨੂੰ ਵੱਡੇ ਵੱਡੇ ਅਵਾਰਡ ਮਿਲੇ ਨੇ, ਉਹਨਾਂ ਨੂੰ ਦਰਕਿਨਾਰ ਕਰਕੇ ਅੱਜ ਇਹਨਾਂ ਨੂੰ ਚੱਕ ਛਈਆਂ ਛਈਆਂ ਗਾਉਣ ਵਾਲਾ ਇੱਕ ਬੰਬੇ ਤੋਂ ਇੱਕ ਜਿਹੜਾ ਐਕਟਰ ਹੈ ਉਹ ਲਿਆ ਕੇ ਇਹ ਉਹ ਤੋਂ ਸ਼ਬਦ ਵੀ ਗਵਾ ਰਹੇ ਨੇ, ਔਰ ਬਲਕਿ ਇਹ ਐਲਾਨ ਕੀਤਾ ਹੈ ਕਿ ਨਿਕਲਣ ਵਾਲੇ ਨਗਰ ਕੀਰਤਨਾਂ ਦੇ ਵਿੱਚ ਸਿਰਫ ਇਸ ਐਕਟਰ ਦਾ ਗਾਇਆ ਹੋਇਆ ਜਿਹੜਾ ਸ਼ਬਦ ਹੈ ਉਹੀ ਚੱਲੇਗਾ। ਇਹ ਕੀ ਕਾਰਨ ਨੇ ਖਾਲਸਾ ਜੀ? ਮੈਨੂੰ ਲੱਗਦਾ ਕਿ ਸਾਨੂੰ ਹੁਣ ਇਹ ਸਮਝਣ ਦਾ ਸਮਾਂ ਆ ਗਿਆ। ਇਹਨਾਂ ਕਮੇਟੀਆਂ ਨੇ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਜਿਹੜੀਆਂ ਦਸਮ ਪਾਤਸ਼ਾਹ ਨੇ ਸਾਨੂੰ ਪੰਜਾਂ ਪਿਆਰਿਆਂ ਦੀਆਂ ਪਰੰਪਰਾਵਾਂ ਦਿੱਤੀਆਂ, ਉਹਨਾਂ ਦਾ ਅਪਮਾਨ ਅਸੀਂ ਸਮੇਂ ਸਮੇਂ 'ਤੇ ਦੇਖਿਆ। ਪਰ ਮੈਨੂੰ ਲੱਗਦਾ ਕਿ ਹੁਣ ਇਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਆਪਣੇ ਪਿਆਰੇ ਗੁਰਸਿੱਖਾਂ ਨੂੰ ਰਾਗ ਦੀ ਕਲਾ ਜਿਹੜੀ ਹੈ ਬਖਸ਼ਿਸ਼ ਕੀਤੀ ਹੈ, ਉਹਦਾ ਵੀ ਬਹੁਤ ਵੱਡਾ ਅਪਮਾਨ ਕੀਤਾ। ਤੋ ਇਸ ਕਰਕੇ ਮੈਂ ਇਹਨਾਂ ਕਮੇਟੀਆਂ ਨੂੰ ਕਹਿਣਾ ਚਾਹੁੰਦਾ ਕਿ ਅਜੇ ਵੀ ਵਕਤ ਹੈ, ਆਪਣੇ ਇਸ ਕੀਤੇ ਹੋਏ ਫੈਸਲੇ 'ਤੇ ਵਿਚਾਰ ਕਰ ਲਓ, ਇਹ ਕਲੰਕ ਆਪਣੇ ਮੱਥੇ 'ਤੇ ਨਾ ਲਵਾਓ ਕਿ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਇਹ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਐਕਟਰਾਂ ਨੂੰ ਲਿਆ ਕੇ ਪ੍ਰਮੋਟ ਕੀਤਾ, ਆਪਣੇ ਰਾਗੀ ਸਿੰਘਾਂ ਦਾ ਅਪਮਾਨ ਕੀਤਾ। ਇਹ ਇਤਿਹਾਸ ਦੇ ਪੰਨਿਆਂ 'ਤੇ ਇਹ ਕਾਲਾ ਜਿਹੜਾ ਅੱਖਰ ਹੈ, ਕਾਲਾ ਲੇਖ ਤੁਹਾਡਾ ਲਿਖਿਆ ਜਾਣਾ, ਇਹਨੂੰ ਸੁਧਾਰ ਲਓ। ਸੋ ਸੁਖਵਿੰਦਰ ਸਿੰਘ ਤੋਂ ਗੁਆਏ ਗਏ ਸ਼ਬਦ ਤੋਂ ਬਾਅਦ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵੇਖਣਾ ਹੋਵੇਗਾ ਕਿ ਇਸ ਵਿਰੋਧ ਦੇ ਅੱਗੇ ਸ਼੍ਰੋਮਣੀ ਕਮੇਟੀ ਇਹ ਸ਼ਬਦ ਕਿਸੇ ਹੋਰ ਰਾਗੀ ਕੋਲੋਂ ਗਵਾਉਂਦੀ ਹੈ ਜਾਂ ਫਿਰ ਇਸੇ ਨੂੰ ਹੀ ਜਾਰੀ ਰੱਖਿਆ ਜਾਂਦਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਨਵਿੰਦਰ ਢਿੱਲੋਂ, ਪੰਜਾਬੀ ਲੋਕ ਚੈਨਲ।